ਜੀ ਕੀ ਹਾਲ ਚਾਲ ਨੇ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਮਰਡਰ ਮੁਬਾਰਕ ਨੈੱਟਫਲਿਕਸ ਅਤੇ ਐਮਾਜ਼ੋਨ ਵੈਬ ਸੀਰੀਜ਼ ਦੀ। ਕਰੋ ਚੱਲਦੇ ਹਾਂ ਸ਼ੁਰੂ। ਭਾਈ ਖਾਓ ਗੋਲ ਗੱਪੇ, ਖਾਂਸੀ ਹੋਵੇ, ਜ਼ੁਕਾਮ ਹੋਵੇ, ਇਹ ਛਾਲੇ ਹੋਣ, ਢਿੱਡ ਪੀੜ ਹੁੰਦੀ ਹੋਵੇ, ਇਹ ਖਾਓ ਤੇ ਠੀਕ ਹੋ ਜਾਓਗੇ, ਸਿਰਫ 10 ਰੁਪਏ ਲੱਗਣਗੇ। ਯਾਰ ਇਹਨਾਂ ਨੂੰ ਵੀ ਮਿਲ ਲਿਆ ਕਰੋ, ਪਤਾ ਨਹੀਂ ਕਿੱਧਰ ਆ ਜਾਂਦੇ ਵਿੱਚ ਇਹ ਵੀ। ਪਹਿਲਾਂ ਗੱਲ ਕਰਦੇ ਆ ਜੀ ਮਰਡਰ ਮੁਬਾਰਕ, ਕਿੰਨਾ ਤਿੰਨ ਬੰਦਿਆਂ ਦਾ ਮਰਡਰ ਹੁੰਦਾ ਆ। ਪਹਿਲੇ ਨੰਬਰ 'ਤੇ ਮਰਡਰ ਹੁੰਦਾ ਜੀ, ਆਹ ਦੇਖੋ ਜੀ, ਲੀਓ, ਲੀਓ ਨਾਂ ਦੇ ਮੁੰਡੇ ਦਾ, ਠੀਕ ਹੈ ਜੀ। ਦੂਜੇ ਨੰਬਰ 'ਤੇ ਮਰਡਰ ਹੁੰਦਾ ਹੈ ਜੀ ਅਗੱਪੀ ਨਾਮ ਅੰਕਲ ਦਾ, ਠੀਕ ਹੈ ਜੀ। ਤੀਜੇ ਨੰਬਰ 'ਤੇ ਮਰਡਰ ਹੁੰਦਾ ਜੀ ਅੰਸ਼ੂ ਨਾਂ ਦੇ ਬੰਦੇ ਦਾ। ਇਹ ਤਿੰਨ ਜਣਿਆਂ ਦਾ ਮਰਡਰ ਹੁੰਦਾ, ਜਿਹਦੇ ਨਾਂ 'ਤੇ ਪੂਰੀ ਫਿਲਮ ਹੈਗੀ ਆ ਮਰਡਰ ਮੁਬਾਰਕ। ਅਤੇ ਹੁਣ ਤੁਹਾਨੂੰ ਪੂਰੀ ਸਟੋਰੀ ਦੱਸਦੇ ਹਾਂ। ਫਿਲਮ ਦੇ ਵਿੱਚ ਕਈ ਜ਼ਿਆਦਾ ਦੇ ਕਰੈਕਟਰ ਹੈਗੇ ਨੇ, ਆਹ ਕ੍ਰਿਸ਼ਮਾ ਕਪੂਰ ਆ ਗਈ, ਡਿੰਪਲ ਕੁਮਾਰੀ ਆ ਗਈ, ਤਾਂ ਇਹਦੇ ਨਾਲ ਆਹ ਰਣਵਿਜੇ ਸਿੰਘ ਰਾਜਾ ਆ ਗਿਆ, ਇਹਦੇ ਨਾਲ ਆਹ ਵਾਲੀ ਐਕਟਰਨੀ ਆ ਗਈ, ਆਹ ਵਾਲਾ ਬੰਦਾ ਆ ਗਿਆ, ਯਾਨੀ ਕਿ ਇੱਦਾਂ ਕਈ 15-20-50 ਬੰਦੇ ਵਿੱਚ ਹੋਰ ਵੀ ਹੈਗੇ ਨੇ। ਤੁਹਾਨੂੰ ਮੈਂ ਮੇਨ ਮੇਨ ਦੱਸਤਾ, ਜਿੱਦਾਂ ਕ੍ਰਿਸ਼ਮਾ ਕਪੂਰ ਹੋ ਗਈ ਅਤੇ ਜਿੱਦਾਂ ਡਿੰਪਲ ਕੁਮਾਰੀਆ ਹੋ ਗਈ, ਇੱਦਾਂ ਮੇਨ ਮੇਨ ਤੁਹਾਨੂੰ ਦੱਸ ਦਿੱਤੇ ਕਿ ਜਿਹੜੇ ਹੈਗੇ ਨੇ। ਬਾਕੀ ਤੁਹਾਨੂੰ ਸਟੋਰੀ ਦੱਸਦਾ ਕੀ ਚੱਕਰ ਆ। ਹੁਣ ਫਿਲਮ ਵਿੱਚ ਹੁੰਦਾ ਕੀ ਆ, ਦਿੱਲੀ ਦੇ ਰੋਇਲ ਕਲੱਬ ਦੇ ਵਿੱਚ ਇਹ ਸਾਰੇ ਕਰਦੇ ਹੁੰਦੇ ਜੀ ਪਾਰਟੀ, ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ, 1-2 ਮਹੀਨਿਆਂ ਬਾਅਦ ਇਹਨਾਂ ਦੀ ਪਾਰਟੀ ਹੁੰਦੀ ਹੁੰਦੀ ਆ ਰੋਇਲ ਕਲੱਬ ਦੇ ਵਿੱਚ। ਤਾਂ ਰੋਇਲ ਕਲੱਬ ਦੇ ਵਿੱਚ ਇੱਕ ਮੁੰਡਾ ਹੁੰਦਾ ਲੀਓ ਨਾਂ ਦਾ, ਜਿਹੜਾ ਹਰੇਕ ਕਿਸੇ ਦੀ ਵੀਡੀਓ ਬਣਾਉਂਦਾ ਹੁੰਦਾ, ਜਿੱਦਾਂ ਕਿ ਉਹਨੂੰ ਵੀਡੀਓ ਬਲੌਗਰ ਹੁੰਦਾ, ਵੀਡੀਓ ਬਣਾਉਂਦਾ ਉਹਨੂੰ ਬਹੁਤ ਸ਼ੌਕ ਹੁੰਦਾ। ਹੁਣ ਉਹ ਵੀਡੀਓ ਬਣਾ ਰਿਹਾ ਆ ਹਰੇਕ ਕਿਸੇ ਦੀ, ਹੁਣ ਉਹ ਵੀਡੀਓ ਬਣਾ ਰਿਹਾ ਆ ਲੀਓ ਨਾਂ ਦਾ ਮੁੰਡਾ ਹਰ ਕਿਸੇ ਦੀ। ਉਹ ਵੀਡੀਓ ਵਿੱਚ ਕੁਛ ਨਾ ਕੁਛ ਕੈਪਚਰ ਹੋ ਹੀ ਜਾ ਰਿਹਾ ਆ, ਕੋਈ ਕਿਸੇ ਨਾਲ ਧੋਖਾ ਕਰ ਰਿਹਾ, ਕੋਈ ਕਿਸੇ ਨੂੰ ਚੀਟ ਕਰ ਰਿਹਾ। ਜਿੱਦਾਂ ਮੰਨ ਲਓ ਕ੍ਰਿਸ਼ਮਾ ਕਪੂਰ ਆ, ਕ੍ਰਿਸ਼ਮਾ ਕਪੂਰ ਦੀ 2 ਕੁੜੀਆਂ ਹੁੰਦੀਆਂ, ਇੱਕ ਮੁੰਡਾ ਹੁੰਦਾ, ਲੇਕਿਨ ਇਹਨੇ ਸਾਰੇ ਜਿੰਨੇ ਵੀ ਹੈਗੇ ਆ ਰੋਇਲ ਕਲੱਬ ਵਿੱਚ ਇਹਦੇ ਯਾਰ ਦੋਸਤ ਕਿੱਟੀ ਪਾਰਟੀ ਕਰਦੇ ਨੇ ਜਾਂ ਤੰਬੋਲਾ ਗੇਮ ਖੇਡਦੇ ਨੇ, ਉਹ ਸਾਰਿਆਂ ਤੋਂ ਇਹਨੇ ਛੁਪਾਇਆ ਹੁੰਦਾ ਆ। ਬਟ ਇਹ ਆਪਣੇ ਮੁੰਡੇ ਨੂੰ ਮਿਲਦੀ ਹੁੰਦੀ ਜੱਫੀ ਪਾ ਕੇ, ਅਤੇ ਉਹਨੂੰ ਕਹਿੰਦੀ ਪੁੱਤ ਕੋਈ ਗੱਲ ਨਹੀਂ, ਇਹਲਾ ਖਰਚਾ ਪਾਣੀ ਅਤੇ ਤੂੰ ਜਾ ਆਪਣੇ ਹੋਸਟਲ 'ਚ ਜਾ ਕੇ ਰਹਿ। ਉਹ ਵੀਡੀਓ ਬਣਾਈ ਹੁੰਦੀ ਲੀਓ ਮੁੰਡੇ ਨੇ, ਠੀਕ ਹੈ ਜੀ, ਅਤੇ ਇਹਨੂੰ ਪਤਾ ਲੱਗ ਜਾਂਦਾ ਉਹ ਬਲੈਕਮੇਲ ਕਰਦਾ, ਯਾਨੀ ਕਿ ਉਹ ਇਹਨੂੰ ਕ੍ਰਿਸ਼ਮਾ ਕਪੂਰ ਨੂੰ ਬਲੈਕਮੇਲ ਕਰਦਾ ਕਿ ਤੂੰ ਪੈਸੇ ਦੇ, ਨਹੀਂ ਤਾਂ ਮੈਂ ਤੇਰੀ ਕੁੜੀਆਂ ਨੂੰ ਅਤੇ ਆ ਸਾਰੇ ਬੰਦਿਆਂ ਨੂੰ ਦੱਸ ਦੇਣਾ ਆ ਕਿ ਤੇਰਾ ਇੱਕ ਮੁੰਡਾ ਵੀ ਹੈਗਾ ਆ ਅਤੇ ਤੂੰ ਫਿਲਮਾਂ 'ਚ ਕੰਮ ਕਰਦੀ ਆ। ਲੇਕਿਨ ਕਿਸੇ ਨੂੰ, ਸਾਰਿਆਂ ਨੂੰ ਲੱਗਦਾ ਕਿ ਤੂੰ ਕਿਸੇ ਦੀ ਮਾਂ ਨਹੀਂ ਹੈਗੀ, ਲੇਕਿਨ ਉਹ 2 ਕੁੜੀਆਂ ਦੀ ਮਾਂ ਅਤੇ ਇੱਕ ਮੁੰਡੇ ਦੀ ਮਾਂ ਹੁੰਦੀ, ਟੋਟਲ 3 ਬੱਚਿਆਂ ਦੀ ਮਾਂ ਹੁੰਦੀ। ਤਾਂ ਲੀਓ ਇਹਨੂੰ ਬਲੈਕਮੇਲ ਕਰਦਾ, ਤਾਂ ਕ੍ਰਿਸ਼ਮਾ ਕਪੂਰ ਵੀ ਇਹ ਤੋਂ ਖਿੱਚਦੀ ਹੁੰਦੀ। ਟੋਟਲ ਮਿਲਾ ਕੇ ਗੱਲ ਇਹੀ ਆ ਕਿ ਜਿੰਨੇ ਬੰਦੇ ਸੀਗੇ ਕਿਟੀ ਪਾਰਟੀ ਕਰਦੇ, ਤੰਬੋਲਾ ਗੇਮ ਖੇਡਦੇ, ਆਹ ਡਿੰਪਲ ਕੁਮਾਰੀਆ ਹੋ ਗਈ, ਜਾਂ ਫਿਰ ਆਪਣੇ ਸਾਰਾ ਅਲੀ ਖਾਨ ਹੋ ਗਈ, ਜਾਂ ਆ ਵਕੀਲ ਸਾਹਿਬ ਹੋ ਗਏ, ਇਹ ਸਾਰੇ ਬੰਦੇ ਉੱਥੋਂ ਸੜਦੇ ਹੁੰਦੇ, ਕਿਉਂਕਿ ਉਹ ਹਰੇਕ ਕਿਸੇ ਦੀ ਉਹਨੇ ਕੋਈ ਨਾ ਕੋਈ ਵੀਡੀਓ ਬਣਾਈ ਹੁੰਦੀ ਆ, ਕਿਸੇ ਬੰਦੇ ਦੀ ਕੋਈ ਨਾ ਕੋਈ ਗੱਲ ਉਹਦੇ ਕੋਲ ਹੁੰਦੀ ਜ਼ਰੂਰ ਆ, ਅਤੇ ਹਰ ਕਿਸੇ ਨੂੰ ਬਲੈਕਮੇਲ ਹੀ ਕਰਦਾ ਅਤੇ ਪੈਸਾ ਹੀ ਮੰਗਦਾ ਹੁੰਦਾ ਆ, ਕਿਉਂਕਿ ਸਾਰੇ ਇਹ ਬੰਦੇ ਜਿਹੜੇ ਹੈਗੇ ਇਹਨਾਂ ਕੋਲ ਪੈਸਾ ਤਾਂ ਹੁੰਦਾ ਹੀ ਹੁੰਦਾ ਆ, ਰੋਇਲ ਹੁੰਦੇ ਸਾਰਿਆਂ ਨੇ। ਮੇਨ ਗੱਲ ਹੁੰਦੀ ਕੀ ਆ, ਲੀਓ ਨਾਂ ਦੇ ਮੁੰਡੇ ਦਾ ਮਰਡਰ ਕੌਣ ਕਰਦਾ, ਅਤੇ ਇੱਕ ਗੱਪੀ ਨਾਂ ਜਿਹੜਾ ਹੁੰਦਾ ਅੰਕਲ ਉਹਦਾ ਮਰਡਰ ਕੌਣ ਕਰਦਾ, ਅਤੇ ਜਿਹੜਾ ਅੰਸ਼ੂ ਨਾਂ ਦਾ ਬੰਦਾ ਹੁੰਦਾ ਉਹਦਾ ਮਰਡਰ ਕੌਣ ਕਰਦਾ। ਅਤੇ ਇਹਨਾਂ ਸਾਰਿਆਂ ਦੀ ਤਹਿਕੀਕਾਤ ਕਰਨ ਵਾਸਤੇ ACP ਸਾਹਿਬ ਆਪਣੇ, ਹਾਂਜੀ, ਪੰਕਜ ਤ੍ਰਿਪਾਠੀ ਜੀ ਨੂੰ ਕੋਟੀ ਕੋਟੀ ਪ੍ਰਣਾਮ, ਜਿਨ੍ਹਾਂ ਬਿਨਾਂ ਕੋਈ ਫਿਲਮ ਪੂਰੀ ਨਹੀਂ ਹੁੰਦੀ। ਇਹ ਵੀ ਬੋਲੀਵੁੱਡ ਦਾ ਇੱਕ ਵੱਡੇ ਸੈਲੀਬ੍ਰਿਟੀ ਬਣ ਚੁੱਕੇ ਨੇ, ਆਓ ਇਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰੋ। ਨਮਸਤੇ ਮਹਾਰਾਜ। ਇਹ ਜਦੋਂ 3 ਮਰਡਰ ਹੁੰਦੇ ਨੇ ਤਾਂ ਇਹ ਕਰਦੇ ਨੇ ਪੁਲਿਸ ਨੂੰ ਫੋਨ, 3 ਮਰਡਰਾਂ ਵਿੱਚੋਂ ਲੀਓ ਨਾਂ ਦੇ ਮੁੰਡੇ ਦੀ ਲਾਸ਼ ਤਾਂ ਇਹਨਾਂ ਸਭ ਕੋਲ ਹੁੰਦੀ ਆ, ਬਟ 2 ਜਣਿਆਂ ਦੀ ਲਾਸ਼ ਕਿਸੇ ਕੋਲ ਨਹੀਂ ਹੁੰਦੀ, 2 ਜਣਿਆਂ ਦੀ ਲਾਸ਼ ਛੁਪਾ ਦਿੱਤੀ ਜਾਂਦੀ ਆ। ਅਤੇ ਇਹ 3 ਮਰਡਰ ਕਰਨ ਵਾਲੀ ਇੱਕੋ ਜਣਾ ਨਹੀਂ ਹੁੰਦੀ, ਉਹ ਹੁੰਦੀ ਸਾਰਾ ਅਲੀ ਖਾਨ।
ਸ਼ੱਕ ਦੇ ਆਧਾਰ 'ਤੇ ACP ਸਾਹਿਬ ਆ ਕੇ ਸਾਰਿਆਂ ਕੋਲ ਤਰ੍ਹਾਂ ਤਰ੍ਹਾਂ ਸਵਾਲ ਪੁੱਛਦੇ ਆ। ਆਪਣੇ ਪੰਕਜ ਧਰਪੱਠੀ ਜੀ ACP ਸਾਹਿਬ ਹੁੰਦੇ ਆ ਅਤੇ ਫੋਰਮਲ ਡਰੈਸ ਵਿੱਚ ਆ ਕੇ ਸਾਰਿਆਂ ਕੋਲ ਸਵਾਲ ਪੁੱਛਦੇ, ਪੁਲਿਸ ਵਾਲੀ ਵਰਦੀ 'ਚ ਨਹੀਂ ਪੁੱਛਦੇ, ਠੀਕ ਹੈ ਜੀ। ਸਾਰਿਆਂ ਕੋਲ ਤਰ੍ਹਾਂ ਤਰ੍ਹਾਂ ਸਵਾਲ ਪੁੱਛਦੇ ਆ, ਕੋਈ ਕਹਿੰਦਾ ਮੈਂ ਇੱਦਾਂ ਜੀ, ਮੈਂ ਉੱਦਾਂ ਜੀ, ਮੈਂ ਉੱਦਾਂ ਜੀ, ਹਰੇਕ ਤਰ੍ਹਾਂ ਕੋਲ ਸਵਾਲ ਪੁੱਛਦੇ। ਫਿਲਮ 'ਚ ਪੂਰੇ ਡੇਢ ਘੰਟੇ ਸਵਾਲ ਹੀ ਵਿਚਾਰੇ ਪੁੱਛਦੇ ਰਹਿੰਦੇ ਆ ਅਤੇ ਇਹਨਾਂ ਨੂੰ ਕੋਈ ਕਲਿਊ ਨਹੀਂ ਮਿਲਦਾ। ਹੁਣ ਜਦੋਂ ACP ਸਾਹਿਬ ਇੱਕ ਰੋਡ ਦੇ ਉੱਪਰ ਤਹਿਕੀਕਾਤ ਕਰਦੇ ਹੁੰਦੇ ਕਿਸੇ ਬੰਦੇ ਤੋਂ, ਤਾਂ ਉਹਨਾਂ ਨੂੰ ਕੀ ਦਿਖਦਾ ਆ? ਉਹਨਾਂ ਨੂੰ ਦਿਖਦਾ ਕਿ ਸਾਰਾ ਅਲੀ ਖਾਨ ਕਿਸੇ ਬੰਦੇ ਨਾਲ ਜੱਫੀ ਪਾ ਕੇ ਗੱਲ ਕਰ ਰਹੀ ਆ, ਅਤੇ ਉੱਧਰੋਂ ਇੱਕ ਆ ਬੰਦਾ ਜਿਹੜਾ ਹੈਗਾ ਆ ਕਾਂਚੀ ਨਾਂ ਦਾ ਬੰਦਾ ਵਕੀਲ, ਠੀਕ ਹੈ ਜੀ, ਇਹ ਉਹਦੇ ਵੱਲ ਦੇਖ ਕੇ ਸੜਦਾ ਪਿਆ ਅਤੇ ਗਾਲਾਂ ਕੱਢਦਾ ਪਿਆ। ਤਾਂ ਉਹ ਕਹਿੰਦਾ ਉਹਦਾ ਪਤੀ ਮਰਿਆ, ਉਹ ਉਹਨੂੰ ਜੱਫੀਆਂ ਪਾਈ ਜਾਂਦੇ ਦੂਜੇ ਬੰਦੇ ਨੂੰ, ਉਹਨੂੰ ਕੋਈ ਹੈ ਹੀ ਨਹੀਂ, ਹੈ ਨਾ ਜੀ। ਅਤੇ ਇੱਕ ਜਿਹੜਾ ਹੈਗਾ ਆ ਇਹ ਬੰਦਾ, ਇਹ ਤਾਂ ਵਕੀਲ ਆ ਕਿਸੇ ਹੋਰ ਬੰਦੇ ਦਾ, ਅਤੇ ਉਹ ਤੋਂ ਸੜੀ ਜਾਂਦਾ। ਤਾਂ ਕਹਿੰਦਾ ਕੋਈ ਨਾ ਕੋਈ ਤਾਂ ਇਹਨਾਂ ਦੀ ਕਹਾਣੀ ਹੈ, ਇਹ ਦੋ ਹੀ ਮੇਨ ਹੋਣੇ ਆ। ਇੱਕ ਪੁਲਿਸ ਦੀ ਨਿਗਾਹ ਨਾਲ ਉਹ ਦੇਖਦਾ ਅਤੇ ਉਹ ਲੀਓ ਘਰੇ ਜਾ ਕੇ ਤਹਿਕੀਕਾਤ ਕਰਦਾ, ਲੀਓ ਘਰੇ ਜਾ ਕੇ ਛਾਣਬੀਨ ਕਰਦਾ ਉਹ ਨਾਂ ਦੇ ਮੁੰਡੇ ਦੇ ਘਰ, ਜਿਹਦੇ ਵਿੱਚ ਸਾਰੇ ਹੀ ਬੰਦਿਆਂ ਦਾ ਕਿੱਠਾ ਚਿੱਠਾ ਹੁੰਦਾ ਇੱਕ ਲਾਲ ਟੈਬਲੇਟ ਵਿੱਚ, ਉਹਨੇ ਲੱਭਣਾ ਹੁੰਦਾ ਪੁਲਿਸ ਵਾਲੇ ਨੇ। ਤਾਂ ਪੁਲਿਸ ਵਾਲਾ ਜਦੋਂ ਉਹਦੇ ਘਰੇ ਜਾਂਦਾ ਸਭ ਕੁਝ ਤਹਿਕੀਕਾਤ ਕਰਦਾ, ਅਤੇ ਉਹ ਪੁੱਛਦਾ ਲੀਓ ਦੀ ਇੱਕ ਵੱਡੀ ਭੈਣ ਹੁੰਦੀ ਉਹ ਤੋਂ ਪੁੱਛਦਾ ਕਿ ਇੱਥੇ ਤੁਹਾਨੂੰ ਕੀ ਮਿਸਿੰਗ ਲੱਗਦਾ ਆ। ਉਹ ਕਹਿੰਦੀ ਕਿ ਇੱਥੇ ਇੱਕ ਲਾਲ ਟੈਬਲੇਟ ਹੁੰਦਾ, ਕੋਚੇ ਬਹੁਤ ਵੀਡੀਓ ਬਣਾਉਂਦਾ ਹੁੰਦਾ, ਬਹੁਤ ਵੀਡੀਓ ਦੇਖਦਾ ਹੁੰਦਾ, ਆਪਣੀਆਂ ਬਣਾਈਆਂ ਵੀਡੀਓ ਦੇਖਦਾ ਰਹਿੰਦਾ, ਤਾਂ ਲਾਲ ਟੈਬਲੇਟ ਕਿੱਥੋਂ ਮਿਲਦਾ? ਲਾਲ ਟੈਬਲੇਟ ਲੀਓ ਦੇ ਘਰੋਂ ਨਹੀਂ ਮਿਲਦਾ, ਲਾਲ ਟੈਬਲੇਟ ਸਾਰਾ ਅਲੀ ਖਾਨ ਦੇ ਘਰੋਂ ਮਿਲਦਾ। ਹੁਣ ਸਾਰਾ ਅਲੀ ਖਾਨ ਦੇ ਘਰੇ ਕੀ ਕਰਨ ਜਾਂਦਾ ACP ਚੁੱਪ ਚਪੀਤੇ ਸਾਰਾ ਅਲੀ ਦੇ ਖਾਨ ਦੇ ਚੁੱਪ ਚਪੀਤੇ ਘਰੇ ਜਾਂਦਾ ਆ ਬਿਨਾਂ ਉਹਨੂੰ ਦੱਸੇ। ਜਿੱਦਾਂ ਕਿ ਸਾਰਾ ਅਲੀ ਖਾਨ ਕਿਤੇ ਗਈ ਆ ਕੰਮ 'ਤੇ, ਪਿੱਛੋਂ ਉਹਦੇ ਘਰੇ ਵੜ ਗਿਆ, ਤਾਂ ਉਹਨੂੰ ਉਹਦੇ ਉੱਥੇ ਘਰੇ ਟੈਬਲੇਟ ਮਿਲਦਾ। ਹੁਣ ਸਾਰਾ ਅਲੀ ਖਾਨ ਦੀ ਇਹ ਗਲਤੀ ਸੀ ਕਿ ਉਹਨੇ ਟੈਬਲੇਟ ਨੂੰ ਜਿਹੜਾ ਸੀਗਾ ਡੰਪ ਨਹੀਂ ਕੀਤਾ ਸੀਗਾ, ਚੰਗੀ ਤਰ੍ਹਾਂ ਖਤਮ ਨਹੀਂ ਕੀਤਾ ਸੀ, ਉਹਨੇ ਆਪਣੇ ਘਰੇ ਸਾਂਭ ਕੇ ਰੱਖਿਆ ਸੀਗਾ। ਅਲੀ ਖਾਨ ਘਰੋਂ ਜਦੋਂ ਉਹਨੂੰ ਮਿਲ ਜਾਂਦਾ ਟੈਬਲੇਟ, ਤਾਂ ਸਾਰਾ ਕੁਝ ਦੇਖਦਾ ਹੈ ਕਿ ਵਿੱਚ ਵਕੀਲ ਦੀ ਵੀਡੀਓ ਵੀ ਆ, ਕ੍ਰਿਸ਼ਮਾ ਕਪੂਰ ਦੀ ਵੀਡੀਓ ਵੀ, ਸਾਰਿਆਂ ਦੀ ਆ, ਤਾਂ ਉਹ ਸਮਝ ਜਾਂਦਾ। ਤਾਂ ਐਂਡ 'ਤੇ ਉਹ ਸਾਰਿਆਂ ਨੂੰ ਮੀਟਿੰਗ ਬੁਲਾਉਂਦਾ ਰੋਇਲ ਕਲੱਬ ਵਿੱਚ, ਕਹਿੰਦਾ ਆ ਜਾਓ ਸਾਰਿਆਂ ਨੇ, ਹੁਣ ਮੈਨੂੰ ਪਤਾ ਲੱਗ ਗਿਆ ਕਿਹਨੇ ਕਤਲ ਕੀਤਾ ਆ। ਤਾਂ ਸਾਰਿਆਂ ਨੇ ਉੱਥੇ ਆਪਣੀ ਆਪਣੀ ਗੱਲ ਦੱਸਦੇ ਜੀ, ਸਾਨੂੰ ਉਹ ਜੋ ਟੈਬਲੇਟ 'ਚ ਇੱਕ ਵੀਡੀਓ ਦਿਖਾਉਂਦਾ। ਹਾਂ, ਫਿਰ ਕ੍ਰਿਸ਼ਮਾ ਕਪੂਰ ਕਹਿੰਦੀ ਮੈਨੂੰ ਮੇਰਾ ਮੁੰਡਾ ਵੀ ਹੈਗਾ, ਇੱਕ ਦੋ ਕੁੜੀਆਂ ਵੀ ਆ, ਅਤੇ ਸਾਰੇ ਜਣਿਆਂ ਨੂੰ ਦੱਸਣਾ ਸੀਗਾ, ਬਲੈਕਮੇਲ ਕਰਦੇ ਤੁਹਾਨੂੰ ਮੈਂ ਪੈਸੇ ਦੇ ਦਿੱਤੇ, ਠੀਕ ਹੈ ਜੀ। ਉਹ ਤੋਂ ਬਾਅਦ ਉਹ ਦੱਸਦੀ ਡਿੰਪਲ ਕਪੂਰੀਆ ਦੱਸਦੀ ਕਿ ਇੱਦਾਂ ਅਤੇ ਉੱਦਾਂ ਅਤੇ ਉੱਦਾਂ, ਸਾਰੇ ਬੰਦੇ ਦੱਸਦੇ, ਠੀਕ ਹੈ ਜੀ। ਐਂਡ 'ਤੇ ਉਹ ਕਹਿੰਦਾ ਮੈਨੂੰ ਮਜ਼ਾ ਨਹੀਂ ਆਇਆ ਹੈਗਾ, ਮੈਂ ਜਿਹੜੇ ਬੰਦੇ ਦੀ ਭਾਲ 'ਚ ਮੈਨੂੰ ਉਹ ਚਾਹੀਦਾ। ਅਤੇ ਉਹ ਕੀ ਕਰਦਾ, ਵਕੀਲ ਨੂੰ ਜਾਣ ਕੇ ਕਹਿੰਦਾ ਕਿ ਇੰਨੇ ਸਾਰੇ ਕਤਲ ਕੀਤੇ ਆ, ਠੀਕ ਆ ਜੀ। ਅਤੇ ਵਕੀਲ ਨੂੰ ਬਿਠਾ ਲੈਂਦਾ, ਉਹਨੂੰ ਆਹ ਵਾਲੇ ਵਕੀਲ ਨੂੰ ਬਿਠਾ ਕੇ ਜਿਪਸੀ 'ਚ ਲੈ ਲਿਜਾਣ ਲੱਗਾ ਹੁੰਦਾ। ਇੰਨੇ 'ਤੇ ਹੀ ਸਾਰਾ ਅਲੀ ਖਾਨ ਆਉਂਦੀ, ਕਹਿੰਦੀ ਰੁਕੋ, ਕਿਉਂਕਿ ਸਾਰਾ ਅਲੀ ਖਾਨ ਦੇ ਵਕੀਲ ਦਾ ਚੱਲਦਾ ਹੁੰਦਾ ਟਾਂਕਾ, ਠੀਕ ਆ ਜੀ, ਟਾਂਕਾ ਚੱਲਦਾ ਹੁੰਦਾ। ਅਤੇ ਇਹ ਪੁਲਿਸ ਵਾਲੇ ਨੂੰ ਪਤਾ ਲੱਗ ਜਾਂਦਾ ਉਦੋਂ ਜਦੋਂ ਸੜਕ 'ਤੇ ਤਹਿਕੀਕਾਤ ਕਰਦਾ ਹੁੰਦਾ। ਸਾਰਾ ਅਲੀ ਖਾਨ ਦੱਸਦੀ ਫਿਰ, ਕਹਿੰਦੀ ਕਿ ਇੱਦਾਂ ਇੱਦਾਂ ਗੱਲਬਾਤ ਸੀ, ਮੇਰਾ ਪਤੀ ਅੰਸ਼ੂ ਦਾ ਕਿਸੇ ਹੋਰ ਨਾਲ ਚੱਕਰ ਸੀ, ਤਾਂ ਇਸ ਕਰਕੇ ਮੈਂ ਉਹਨੂੰ ਮਾਰ ਦਿੱਤਾ, ਮੇਰੀ ਮਦਦ ਕੀਤੀ ਗੱਪੀ ਰਾਮ ਨੇ। ਹੁਣ ਗੱਪੀ ਰਾਮ ਸੱਚ ਨਾ ਦੱਸਦੇ, ਮੈਂ ਗੱਪੀ ਰਾਮ ਨੂੰ ਤਾਂ ਮਾਰ ਦਿੱਤਾ, ਅਤੇ ਲੀਓ ਨਾਂ ਦੇ ਮੁੰਡੇ ਨੇ ਇਹ ਵੀਡੀਓ ਬਣਾਈ ਸੀ, ਮੈਂ ਤਾਂ ਉਹਨੂੰ ਮਾਰ ਦਿੱਤਾ। ਜਾਣ ਕਿ ਸਾਰਾ ਅਲੀ ਖਾਨ ਨੇ ਇਹ ਸਭ ਆਪਣੇ ਆਪ ਨੂੰ ਬਚਾਉਣ ਵਾਸਤੇ, ਆਪਣੇ ਰਿਲੇਸ਼ਨਸ਼ਿਪ ਨੂੰ ਬਚਾਉਣ ਵਾਸਤੇ ਵਕੀਲ ਸਾਹਿਬ ਨਾਲ ਪੂਰੀ ਕੋਲਕਾਤਾ ਜਾ ਕੇ ਆਰਾਮ ਨਾਲ ਉਹਦੇ ਫਲੈਟ ਵਿੱਚ ਜ਼ਿੰਦਗੀ ਜੀਣ ਵਾਸਤੇ ਕੀਤਾ ਹੁੰਦਾ। ਅਤੇ ਬਾਕੀ ਜਿੰਨੇ ਵੀ ਸਾਰੇ ਰੋਇਲ ਵਾਲੇ ਹੁੰਦੇ, ਰੋਇਲ ਫੈਮਿਲੀ ਵਾਲੇ ਬੰਦੇ ਆ, ਕ੍ਰਿਸ਼ਮਾ ਕਪੂਰ ਹੋ ਗਈ, ਡਿੰਪਲ ਕੁਮਾਰੀ ਹੋ ਗਈ, ਸਾਰੇ ਹੋ ਗਏ, ਇਹਨਾਂ ਦੀ ਵੀ ਕੋਈ ਨਾ ਕੋਈ ਰਾਜ ਹੁੰਦੇ ਹੀ ਆ, ਲੇਕਿਨ ਇਹਨਾਂ ਨੇ ਮਰਡਰ ਨਹੀਂ ਕੀਤਾ ਹੁੰਦਾ। ਮਰਡਰ ਕੀਤਾ ਹੁੰਦਾ ਸਾਰਾ ਅਲੀ ਖਾਨ ਨੇ। ਬਸ ਇਹੀ ਫਿਲਮ ਆ, ਅਤੇ ਫਿਲਮ ਦੇ ਵਿੱਚੋਂ ਤੁਹਾਨੂੰ ਇਹ ਸਿੱਖ ਮਿਲਦੀ ਆ ਕਿ ਫਿਲਮ ਦੇ ਵਿੱਚ ਤੁਸੀਂ ਜੋ ਕੁਛ ਵੀ ਦੇਖਦੇ ਹੋ ਉਹਨੂੰ ਪਰਸਨਲ ਲਾਈਫ 'ਤੇ ਅਪਲਾਈ ਨਾ ਕਰੋ। ਅਫੇਅਰ ਹੁੰਦਾ ਕਿਸੇ ਦਾ ਕਿਸੇ ਦੇ ਨਾਲ, ਉਹ ਯਕੀਨ ਟੁੱਟਣ ਤੋਂ ਬਾਅਦ ਹੀ ਹੁੰਦਾ ਆ, ਜਾਂ ਦੋ ਬੰਦਿਆਂ ਦੀ ਆਪਸ 'ਚ ਕਮਿਊਨੀਕੇਸ਼ਨ ਸਕਿੱਲ ਘੱਟ ਹੁੰਦੀ ਆ। ਤਾਂ ਆਪਣੇ ਰਿਸ਼ਤੇ ਨੂੰ ਵਧੀਆ ਬਣਾਉਣ ਵਾਸਤੇ ਸਾਨੂੰ ਆਪ ਮਿਹਨਤ ਕਰਨੀ ਚਾਹੀਦੀ ਆ, ਨਾ ਕਿ ਸਭ ਕੁਝ ਛੱਡ ਦੇਣਾ ਚਾਹੀਦਾ। ਚੰਗਾ, ਧੰਨਵਾਦ।